ਤੇ ਅੱਲਾ ਦਾ ਜ਼ਿਕਰ ਹੋ ਰਿਹਾ ਹੋਵੇ ਇਹ ਅਦਾਬ ਤੇ ਨਹੀਂ ਹੋ ਸਕਦਾ ਤੇ ਸਵਾਬ ਵੀ ਮਿਲਦਾ ਬਿਲਕੁਲ ਅਸਲਾਮ ਅਲੈਕੁਮ ਕੀ ਹਾਲ ਹੈ ਤਮਾਮ ਦੋਸਤਾਂ ਦਾ ਉਮੀਦ ਹੈ ਸਾਰੇ ਠੀਕ ਹੋਸ਼ੋ ਅਸੀਂ ਅੱਜ ਕਾਫੀ ਅਰਸੇ ਬਾਅਦ ਵੀਡੀਓ ਬਣਾ ਰਹੇ ਹਾਂ ਮਸਲਾ ਇਹ ਬਣਿਆ ਕਿ ਵਿੱਚੋਂ ਬੁਖਾਰ ਰਿਹਾ ਫਿਰ ਕਹਿੰਦਾ ਸ਼ਾਦੀ ਵੀ ਹੈ ਉਹਦੀ ਮਸਰੂਫੀਅਤ ਵਗੈਰਾ ਔਰ ਉਸ ਤੋਂ ਬਾਅਦ ਜਿਹੜਾ ਨਾ ਪੇਪਰ ਵੀ ਆ ਰਹੇ ਤਕਰੀਬਨ ਨੇੜੇ ਉਸ ਵਜ੍ਹਾ ਤੋਂ ਵੀਡੀਓ ਜਿਹੜੀ ਨਾ ਕਾਫੀ ਘੱਟ ਗਈ ਲੇਕਿਨ ਅੱਜ ਆਏ ਜੁਮਾ ਅਤੇ ਚਲੋ ਅਸਾਂ ਆਖਿਆ ਅੱਜ ਵੀਡੀਓ ਬਣਾ ਲੈਂਦੇ ਹਾਂ ਅਸਾਂ ਜਾ ਰਹੇ ਹਾਂ ਡੇਰੇ ਟਾਈਮ ਹੋ ਗਿਆ ਹੈ 9:30 ਦਾ ਕਿਹੜਾ ਬੰਦਾ ਖਰਾਬ ਕਰਨ ਦਾ ਪਿਆ ਵਸੀਮ ਕਿਤੇ ਹੁਣ ਤੇਰੇ ਨਾਲ ਪੱਕੀ ਹੋ ਗਈ ਤੂੰ ਸਾਡੇ ਨਾਲ ਪੱਕਾ ਰਾਤ ਸ਼ਰਾਰਤਾਂ ਬੜੀਆਂ ਕਰਦੇ ਰਾਤੀ ਤੇਰੇ ਮਗਰ ਆਏ ਫੈਸਲਾ ਹੈ ਝਮਣਾ ਤੁਸੀਂ ਬੈੜਾ ਕੋਈ ਕੀਤਾ ਤਰੀਕੇ ਨਾ ਰਹਿ ਕਰੋ ਕਿਤੇ ਕਿਤੇ ਕਿਸ ਉਹ ਜਾਊ ਅਸੀਂ ਚਲ ਹੁਣ ਜਾਵਣੇ ਡੇਰੇ ਓਏ ਕਾਫੀ ਬੰਦੇ ਵਿੱਚ ਇੱਕ ਵਾਰ ਤੇ ਕੋਈ ਨਹੀਂ ਐਸਾ ਬੇਜਵਾਨ ਸਾਜੀ ਹੁਣੇ ਸਾਡੇ ਨਾਲ ਪਟਵੜਾ ਨੂੰ ਡਾਵਣ ਜਾਵਣਾ ਮੈਂ ਜਿਨਾ ਜਣਾ ਮੈਂ ਘਰ ਰਹਿਣਾ ਤੁਹਾਡੇ ਬੱਚੇ ਵਾੜ ਆਪਣੀ ਕਣਕ ਵਾੜਿਆ ਆਪਣਾ ਕੰਮ ਕਰ ਜਾ ਬਸ ਆਹਾ ਬਈ ਸਾਜੀ ਕਿਹੜੀ ਦੁੱਖ ਵਾਲੀ ਗੱਲ ਹੈ ਆਪ ਪਰ ਹੋ ਤਾਂ ਲੱਗੇ ਜਾਵਾਂ ਅੰਮਾ ਮੈਂ ਡਾਕਟਰ ਨਾਲ ਤੂੰ ਜਾਵਾਂ ਆਪਣੇ ਪੱਠਿਆਂ ਵੱਲ ਰੋਮੋ ਆਖਿਆ ਮੈਂ ਠੀਕ ਰਾਲ ਮਿਲ ਕੇ ਵੜ ਲੈਣਾ ਸ਼ਾਨ ਵਾਲ ਖਲੋ ਯਾਰ ਫੈਸਲਾ ਕੀਤੀ ਜਾਂਦਾ ਸ਼ਾਨ ਵਾਲ ਫੈਸਲਾ ਹੱਕ ਦਾ ਕਰਨਾ ਹੈ ਆਖਰ ਜ਼ਿੰਦਗੀ ਗੁਜ਼ਰ ਗਈ ਹੈ ਜੀ ਸਾਹਿਬ ਮੈਂ ਇੱਥੇ ਆਪਣਾ ਉਸ ਦੇ ਵਾਲ ਵਾਲਾ ਹੀ ਸ਼ਾਨਵਾਜ਼ ਕੀਤਾ ਹੈ ਨਾ ਹੈ ਵਾਲ ਵਾਲੇ ਸ਼ਾਨਵਾਜ਼ ਕੀਤਾ ਹੈ ਇੱਥੇ ਆਪਣਾ ਮੈਂ ਜਦੋਂ ਵੀ ਡੇਰੇ ਜਾਣਾ ਕਿਹਦੇ ਨਾਲ ਜਾਣਾ ਸਾਦਾ ਨਾਲ ਮੈਨੂੰ ਕਦੀ ਆਪਣੇ ਪਿਓ ਨਾਲ ਜਾਂਦੇ ਵੇਖੇ ਜਾਂ ਪੱਠੇ ਵੜ ਕੰਮ ਦੇ ਕਦੀ ਵੇਖੇ ਮੈਨੂੰ ਇੱਕ ਦਾੜੇ ਵੇਖ ਸਾਜੀ ਸਾਲ ਸੁਣ ਲਾ ਹੋੜ ਤੋਂ ਬਲੈਕਮੇਲ ਨਹੀਂ ਕਰ ਰਿਹਾ ਸਰ ਵੱਡੇ ਰੋ ਬਲੈਕਮੇਲ ਨਹੀਂ ਕਰਦਾ ਪਿਆ ਮੇਰਾ ਜ਼ਿਆਦਾ ਟਾਈਮ ਕਿਹਨਾਂ ਨਾਲ ਗੁਜ਼ਾਰਦਾ ਤੇ ਹੁਣ ਮੈਂ ਆਖਿਆ ਵੀ ਸਾਜੀ ਇਹਨਾਂ ਕਾ ਕਣਕ ਵੜਨੀ ਹੈ ਪੱਠੇ ਕੋਲ ਮੈਂ ਕਿਹਾ ਮੈਂ ਵੀ ਅੰਨਾ ਤੇ ਤੁਹਾਨੂੰ ਮੈਨੂੰ ਪੱਠੇ ਦੇਸੋ ਹੁਣ ਪੈਰ ਦੋ ਪੱਖੇ ਇੱਕ ਚੱਲਦਾ ਰਿਹਾ ਪੂਰੀ ਰਾਤ ਅਰਮਾਨ ਲੱਗਾ ਸਾਜੀ ਹਕੀਕਤ ਤੇ ਸੀਰੀਅਸ ਗੱਲ ਹੈ ਉਹ ਤੇਰਾ ਯਾਰ ਕੱਲ ਜੋ ਦਰ ਰਗੜਾ ਗਈ ਵਿੱਚ ਉੱਚਰ ਚਰ ਦੀ ਆਵਾਜ਼ ਆਉਂਦੀ ਤੇ ਨਾਲ ਹੱਥ ਬਲਬ ਲੈਣਾ ਨਾ ਹੋਲਡਰ ਤੋ ਆ ਹੋਲਡਰ ਆ ਗਿਆ ਟੈਸਟਰ ਉਹ ਫੁੱਲ ਚੱਲਦਾ ਹੈਲੋ ਆਂਦਾ ਆਂਦਾ ਸੇਠ ਹਾਜ਼ਾ ਬੈਰੰਗ ਚਰ ਚਰ ਚੂ ਚੂ ਚਰ ਚਰ ਚੂ ਚੂ ਕਰਦਾ ਹੈ ਤੇ ਉਹ ਨਾ ਇੱਕ ਪੱਕਾ ਕੱਲ ਤੇ ਯਾਰ ਨਾ ਵਾ ਪੂਰੀ ਪਈ ਹੈ ਚੱਲਦਾ ਬੇ ਛਾਤਾ ਕੀਆਂ ਨਾ ਸ਼ਾਕਰ ਮੇਰਾ ਕਿਸਾਨ ਬੋਰ ਚਲਾਓ ਸ਼ਾਕਰ ਮੈਂ ਜ਼ਿਆਦਾ ਡੇਰੇ ਕਿੰਨੇ ਨਾਲ ਜਾਣਾ ਚਲਾਈ ਗਲਾ ਮਾਮਾ ਬੋਰ ਚਲਾ ਫੋਨ ਕਰਕੇ ਪਤਾ ਨਹੀਂ ਓਲੇ ਡੇਰੇ ਪਰ ਮੇਰੇ ਕੋਲ ਪੁੱਛ ਲਾ ਕਿਹੜੀ ਸ਼ਾਦਾ ਸਾਰੇ ਕੋ ਪੁੱਛ ਜਾਂਦਾ ਸ਼ਾਕਰ ਵੀ ਤੁਹਾਡੇ ਇਸ਼ਾਰੇ ਉਸਤਾਦਾਂ ਕੋਲ ਪੁੱਛ ਸਾਜੀ ਇਹ ਨਾ ਇੱਕ ਉਹਨਾਂ ਨੂੰ ਮੈਂ ਮਜ਼ਾਕ ਦੀ ਗੱਲ ਕਿ ਮੈਂ ਸਮਝਣ ਲੱਗਾ ਨਾ ਸੀਰੀਅਸ ਗੱਲ ਕੀਤੀ ਇਹਨੇ ਸਾਰੀ ਸਮਝ ਸਮਝ ਸਾਰੀ ਇਨਸਾਨ ਰੱਖਦਾ ਹੈ ਕਿੱਥੋਂ ਬੰਦਾ ਖੁਦ ਖਾਂਦਾ ਪਿਆ ਹੈ ਸ਼ਾਮੂ ਦੀ ਅੰਮਾ ਚਾਚੇ ਦਾ ਪੈਰ ਆਹ ਪਤਾ ਨਹੀਂ ਕੀ ਹੋ ਗਿਆ ਮੇਰੇ ਜਿਗਰ ਨੂੰ ਕੀ ਹੋਇਆ ਪੈਰ ਨੂੰ ਖਰਾਬ ਹੋ ਗਿਆ ਸ਼ਾਦੀ ਆ ਗਈ ਆ ਮੇਰੇ ਪੈਰ ਆ ਕੀ ਕਰੂ ਏ ਕਿੱਥੇ ਉਨੇ ਜੇ ਤਰੇੜੀ ਤੇ ਚੜਦਾ ਪਿਆ ਕਿਤਨੇ ਬਰਲੇ ਹੋ ਦੋ ਕਿੱਲੇ ਕੀ ਆਣਾ ਜੇਬੇ ਨਾ ਤਮਦੀ ਕੋਈ ਹੈ ਮੈਂ ਸੁਣਾਵਾ
जहान सारा तो फिर ले भावे जहान सारा तो फिर ले भावे मदीने वर्गी फिजान मिल सी हुजूर दे दर जिया कोई दर हुजूर दे दर जिया कोई दर किते तलो दूसरा न मिल सी अल्लाह दया हबीबा हाँ रोज नहीं लाउड़े अच्छा एक कितने का एक बूटा मिल रहा है मंडी जुलाया परो सही आए कुत्ता मेनू खतरी लगता पे है ना बड़ी वाम लाई पे पानी कितने लाए पर गेर ना थोड़ा जा निकले तो मोड़ आज वडेर है जी साडा कनोला कनोला मतलब राया जो बीजे होया कमाद दे बेच ना तोड़ जा भी ऐसे लेकिन उत्थे वधिया ना औरतां नाल मैडम एक उतरी सी मशीन ते इतना ज्यादा कुटींदा नहीं है ना पानी निकले ठंडा ठंडा निकले हां हाय कुत्ता बड़ा खतरनाक है एक याद उसी तुहानू पिछली वीडियो च दस्या है कमाद दे विच भी जो कनोला कमाद जब नवा बजींदा है ना उहदे तों इह कोरा वगैरह पंदा है कमाद ते अगर शुरू च होंदे पाया जावे तो मुड़ो धर्मस बनदा इस वास्ते बीजो है ते अलहमदुल्ला ये हुण पक गया है ये कटिया जा रहा उस तो बाद थ्रेशर ते कुतरी हाथों तक इतना नहीं कुटींदा पहले हिसाब में थोड़ा बहुत होंगे जरा तेल बनाने अपन सारे होंगे वह कुटेने घर ले जाके लेकिन इतना तो घर कुटींदा जाना ही कोई नहीं कल शेख खोला नहीं मतलब बटींदा हाँ अल्लाह दी तेरी रेहड़ी उत्ते लम्मा पाक डॉक्टर ने टीका लेना पै ओले मैं कह बनया मैं उल्टी आँदी है मोटी कश कला डॉक्टर नाल चढ़ा के ला गया राय दी कुतरे से इथाई कुतरना सही कट दी मोड़े से उदू वाला भी वाले अमेजान वाले बड़ा मेस करने आया रोज गन्ने लगे को तेन कुछ लभदी है फेसबुक सारा दे ਨਹੀਂ ਬਸ ਟਰੈਕਟਰ ਤੇ ਜਨਾ ਪਹਿਲੀ ਅੱਛਾ ਜੋ ਜਾਨ ਦਾ ਟਰੈਕਟਰ ਨੂੰ ਵਿਚਾਰ ਕਰਉਂਦਾ YouTube ਇੰਸਟਾਲ ਕਰਨ ਵਾਲੀ ਕਰ ਦੇ ਹਾਂ ਹੁੰਦੀ ਪਈ ਹੈ ਭਾਈ ਹੁਣ YouTube ਜੇ ਆ ਜੋ ਵੀ ਜੀ ਹਾਂ ਜਿਹੜੀ ਆ ਕਣਾ ਖੇਤ ਤੇ ਜੋ ਹੈ ਜੋ ਵੀ ਜੋ ਵੀ ਤੇ ਇੱਕੋ ਸਾਇ ਹਾਂ ਮੋੜ ਕੇ ਦੇ ਦੇ ਵੀਰ ਵੀਰ ਉੱਤੇ ਲੱਗਿਆ ਕੋਣ ਉਹ ਬੁੜੇ ਨੇ ਕੱਚੇ ਪੱਕੇ ਨੇ हाँ बोर चलता पिया साडा पानी लगा कणक नूं नाल पैसन दी शादी तो पहले पहले काम मुकावणे
ਅਸੀਂ ਆਏ ਆ ਅੱਬੂ ਕੋਲ ਪੱਠੇ ਵੱਢ ਕੇ ਕਿ ਉਹਨਾਂ ਜਾਣਾ ਕਿ ਸ਼ਾਦੀ 'ਤੇ ਅਸੀਂ ਅੱਗੇ ਪਾਣੀ ਲਵੇਨੇ ਲੇਕਿਨ ਉਹ ਪਾਣੀ ਪਹਿਲੇ ਹੀ ਮੁਕਾਈ ਖੜੇ ਆਖਰੀ ਕਿਆਰੇ ਲੱਗਾ ਖੜਾ ਹੁਣ ਬਸ ਘਰ ਜਾ ਰਹੇ ਇਨਸ਼ਾ ਅੱਲਾ ਆ ਜੁਮਾ ਹੈ ਜੁਮਾ ਵੀ ਪੜ੍ਹਨਾ ਹੈ ਅਸਲਾਮੁ ਅਲੈਕੁਮ ਯਾ ਅਹਲਲ ਕਬੂਰ ਹਜ਼ੂਰ ਅਲੈਹ ਸਲਾਮ ਦਾ ਫਰਮਾਨ ਹੈ ਕਿ ਜੁਮੇ ਵਾਲੇ ਦਿਨ ਜਿਹੜਾ ਬੰਦਾ ਅਗਰ ਵਾਲਦੈਨ ਦੇ ਵਿੱਚੋਂ ਚਾਹੇ ਵਾਲਦਾ ਹੋਵੇ ਮਾਂ ਹੋਵੇ ਜਾਂ ਪਿਓ ਹੋਵੇ ਉਹਨਾਂ ਦੀ ਫੋਤ ਹੋ ਜਾਵੇ ਦੋਵੇਂ ਫੋਤ ਹੋ ਜਾਵੇ ਉਹਨਾਂ ਦੀ ਕਬਰ 'ਤੇ ਹਾਜ਼ਰ ਹੋਵੇ ਔਰ ਉਹਨਾਂ ਵਾਸਤੇ ਦੁਆਏ ਮਗਫਰਤ ਕਰੇ ਅਤੇ ਅੱਲਾਹ ਪਾਕ ਉਸ ਬੰਦੇ ਦੇ ਉਹ ਜੁਮੇ ਦੇ ਵਿੱਚ ਵੇ ਜਿਹੜੇ ਮਤਲਬ 8 ਦਿਨਾਂ ਦੇ ਸਾਰੇ ਗੁਨਾਹ ਮੁਆਫ ਫਰਮਾ ਦਿੰਦੇ ਅੱਛਾ ਇਹ ਨਾ ਇੱਕ ਗੱਲ ਯਾਦ ਆਈ ਹੈ ਮੈਨੂੰ ਤੁਹਾਨੂੰ ਦੇਖ ਕਿ ਯਾਦ ਆਇਆ ਕਈ ਲੋਕ ਨਾ ਖਾਸ ਕਰ ਮੁਹਰਮ ਦੇ ਵਿੱਚ ਆਉਂਦੇ ਕਬਰਸਤਾਨ ਨਾ ਅਤੇ ਪਾਣੀ ਬਾਹਰ ਲਿਆ ਅਤੇ ਬਸ ਕਬਰਾਂ ਮਤਲਬ ਅਸੀਂ ਦੇ ਵੀ ਕਬਰ ਹੈ ਨਾ ਕੋਈ ਅਤੇ ਉਹਦੇ ਉੱਤੇ ਵੀ ਐਵੇਂ ਛਿੜਕੀ ਹੁੰਦੇ ਬਈ ਸ਼ਾਇਦ ਇਹਦੇ ਨਾਲ ਸਵਾਬ ਹੁੰਦਾ ਹੈ ਅਤੇ ਬਸ ਕੀ ਆਖ ਸਕਦੇ ਹਾਂ ਐਵੇਂ ਪਾਣੀ ਛਿੜਕਣ ਨਾਲ ਕੋਈ ਸਵਾਬ ਨਹੀਂ ਹੁੰਦਾ ਹਾਂ ਉਹਦੇ ਉੱਤੇ ਪੜ੍ਹੋ ਅਤੇ ਫਿਰ ਤਾਂ ਹੈ ਕਿ ਉਹਨੂੰ ਸਵਾਬ ਹੋਵੇ ਬਾਕੀ ਇਹ ਕਿ ਅਸੀਂ ਇਹ ਜਿਹੜਾ ਪਾਣੀ ਪਾ ਰਹੇ ਹਾਂ ਨਾ ਇਹਦੇ ਵਿੱਚ ਲਾਈ ਹੋਈ ਹੈ ਫੁੱਲ ਜੇ ਔਰ ਸਭ ਤੋਂ ਸ਼ਾਇਦ ਕਿਉਂਕਿ ਹਜ਼ੂਰ ਅਲੈਹਿ ਸਲਾਮ ਦਾ ਫਰਮਾਨ ਹੈ ਹਜ਼ੂਰ ਇੱਕ ਦਫ਼ਾ ਇੱਕ ਕਬਰਸਤਾਨ 'ਚੋਂ ਗੁਜ਼ਰੇ ਅਤੇ ਹਜ਼ੂਰ ਫਰਮਾਇਆ ਕਿ ਇਸ ਕਬਰ ਵਾਲੇ 'ਤੇ ਅਜ਼ਾਬ ਹੋ ਰਿਹਾ ਔਰ ਅਜ਼ਾਬ ਕਿਸੇ ਵੱਡੀ ਕੋਈ ਗੁਨਾਹ ਦੀ ਵਜ੍ਹਾ ਤੋਂ ਨਹੀਂ ਹੋ ਰਿਹਾ ਵਜ੍ਹਾ ਇਹ ਆਈ ਕਿ ਇਹ ਬੰਦਾ ਜਿਹੜਾ ਨਾ ਇਹ ਪਿਸ਼ਾਬ ਦੇ ਛਿੱਟਿਆਂ ਤੋਂ ਨਾ ਹੀ ਬਚਦਾ ਔਰ ਚੁਗਲੀਆਂ ਜ਼ਿਆਦਾ ਚੈਂਦਾ ਇਸ ਵਜ੍ਹਾ ਤੋਂ ਅਜ਼ਾਬ ਹੋ ਰਿਹਾ ਫਿਰ ਹਜ਼ੂਰ ਅਲੈਹਿ ਸਲਾਮ ਖੱਜੀ ਲਈ ਖੱਜੀ ਦਾ ਮਤਲਬ ਉਹ ਸਬਜ਼ ਹੁੰਦੀ ਉਹ ਜ਼ਿਆਦਾ ਦੇਰ ਉਹ ਜਲਦੀ ਸੁੱਕਦੀ ਨਹੀਂ ਉਹਦਾ ਇੱਕ ਲੜਾ ਜਿਹਾ ਲਿਆ ਉਹਦੇ ਉੱਤੇ ਪਾਇਆ ਹਜ਼ੂਰ ਅਲੈਹਿ ਸਲਾਮ ਫਰਮਾਇਆ ਕਿ ਇਹਦੇ ਉੱਤੇ ਨੇ ਪਾ ਦਿੱਤਾ ਜਦੋਂ ਤਾਂ ਇਹ ਸਾਵਰਾ ਸੀ ਇਹਦੇ 'ਤੇ ਜਿਹੜਾ ਯਾਨੀ ਕਿ ਅੱਲਾਹ ਦਾ ਜ਼ਿਕਰ ਕਰ ਸੀ ਔਰ ਇਹਨੇ 'ਤੇ ਇਨਸ਼ਾਅੱਲਾ ਅਜ਼ਾਬ ਨਾ ਹੋ ਸੀ ਅਤੇ ਇਹ ਤਾਂ ਵਾਸਤੇ ਅਸੀਂ ਲਾਇਆ ਹੋਇਆ ਕਿ ਇਹ ਜਿਹੜੇ ਸਾਵੇ ਹੁੰਦੇ ਨਾ ਅਤੇ ਸਬਜ਼ ਜਿਹੜੀ ਵੀ ਸ਼ਾਇਆ ਹੈ ਨਾ ਉਹ ਅੱਲਾਹ ਦਾ ਜ਼ਿਕਰ ਕਰਦੇ ਔਰ ਉੱਤੇ ਅੱਲਾਹ ਦਾ ਜ਼ਿਕਰ ਹੋ ਰਿਹਾ ਹੋਵੇ ਹੇਠ ਅਦਾਬ ਤਾਂ ਨਹੀਂ ਹੋ ਸਕਦਾ ਹੇਠ ਤਾਂ ਸਵਾਬ ਮਿਲਦਾ ਬਿਲਕੁਲ ਇਸ ਵਾਸਤੇ ਲਾਇਆ ਔਰ ਇਹ ਬਾਕਾਇਦਾ ਉਲਮਾ ਇਕਰਾਮ ਕੋਲੋਂ ਪੁੱਛ ਕੇ ਬਾਕਾਇਦਾ ਤਸੱਲੀ ਕਰਕੇ ਫਿਰ ਲਾਇਆ ਤਾਂ ਵਾਸਤੇ ਇਹਨਾਂ ਨੂੰ ਨਾ ਅਸੀਂ ਪਾਣੀ ਦਿੰਦੇ ਹਾਂ ਅਤੇ ਬਾਕੀ ਕਈ ਜਿਹੜੇ ਲੋਕ ਐਵੇਂ ਕਰਦੇ ਨੇ ਐਵੇਂ ਪਾਣੀ ਪਾਉਣਾ ਉਹਨੂੰ ਉਲਮਾ ਇਕਰਾਮ ਫਰਮਾਉਂਦੇ ਨੇ ਮਤਲਬ ਉਹ ਮੁਹਰਮ ਜਾਂ ਅੱਗੇ ਪਿੱਛੇ ਆਏ ਤਾਂ ਪਾਣੀ ਨਾਲ ਸਾਰੀ ਕਬਰਾਂ 'ਤੇ ਛੱਕੇ ਤਰ੍ਹਾਂ ਦਾ ਮਿਸ਼ਾਇਦ ਇਹਦਾ ਸਵਾਬ ਮਿਲਦਾ ਉਹਦਾ ਸਵਾਬ ਨਹੀਂ ਮਿਲਦਾ ਹੱਥੋਂ ਪਾਣੀ ਦਾ ਇਸਰਾਫ ਹੁੰਦਾ ਯਾਨੀ ਕਿ ਪਾਣੀ ਦੀ ਫਜ਼ੂਲ ਖਰਚ ਐਵੇਂ ਜ਼ਾਇਆ ਕਰਨਾ ਉਹ ਹੱਥੋਂ ਮਨਾ ਕਰਦੇ ਨੇ ਉਲਮਾ ਇਕਰਾਮ ਲੇਕਿਨ ਚੂੰਕਿ ਅਸੀਂ ਇਹ ਲਾਇਆ ਤਾਂ ਇਹਨਾਂ ਨੂੰ ਪਾਣੀ ਅਸੀਂ ਤਾਂ ਵਾਸਤੇ ਦੇ ਰਹੇ ਦੇਰ ਬੜੇ ਮਿੱਠੇ ਰਹਿੰਦੇ ਔਰ ਲਾ ਡਾਏ ਪਏ ਨਪੇ ਹਾਂ ਨਪੇ ਇੱਕ ਮਿੰਟ ਮੈਂ ਬੇਰ ਲਾ ਆਪ ਮੰਗਿਆ ਬਸ ਹਾਂ ਮਿੱਠੇ ਬਹੁ ਬਹਿ ਰਹੇ ਨੇ ਸ਼ਾਇਦ ਇਸ ਵਜ੍ਹਾ ਤੋਂ ਮਿੱਠੇ ਬਣਦੇ ਓਏ ਇਹ ਦੇ ਨਾ ਜਦੋਂ ਕੋਈ ਬਹੁਤ ਹੁੰਦਾ ਨਾ ਉੱਤੋਂ ਜਿਹੜਾ ਬਿਲਕੁਲ ਜੀ ਇਹਦੇ ਉੱਤੋਂ ਮਸਲਨ ਕਬਰ ਦੇ ਉੱਤੇ ਟੀਣੀ ਰੱਖ ਦੇ ਨਾ ਵੱਡੀ ਰੱਖ ਦਿੰਦਾ ਇਹ ਵੇਖ ਲਓ ਬਿਲਕੁਲ ਵੱਡੀ ਹੈਗੀ ਆ ਸਾਰੀ ਖਤਮ ਹੋ ਗਿਆ ਲੇਕਿਨ ਅਗਰ ਜਿੱਥੇ ਸਾਰੀਆਂ ਕਬਰਾਂ ਤੇ ਸਿਹਤ ਵਾੜ ਕੇ ਦਿੰਦੇ ਬਿਲਕੁਲ ਜੀ ਹੋਰ ਜ਼ਿਆਦਾ ਸਕਦੀ ਵੇਖ ਲਓ ਹੋਰ ਪਿੱਛੂ ਹੋ ਗਈ ਜ਼ਿਆਦਾ ਇੱਕ ਜੇ ਕੁਹਾੜੀ ਲੈ ਆਉਣੀ ਤੇ ਹੇਠ ਸਫਾਈ ਕਰਦੇ ਇਨਸ਼ਾ ਅੱਲਾਹ ਇਨਸ਼ਾ ਅੱਲਾਹ ਚਲਾ ਹੁਣ ਚੱਲੀਏ ਬਾਜੀ ਮਿੱਟੀ ਚਾਕ ਜਾ ਰਹੀ ਰਾਜ ਅਬ ਹਮ ਜਾ ਰਹੇ ਹਾਂ ਘਰ ਕੋ ਹਾਂਜੀ ਘਰ ਜਾ ਰਹੇ ਹੁਣ ਆਟੇ ਛੱਡੇ ਬੜੇ ਗਏ ਘਰ ਜਾ ਕੇ ਪੱਠੇ ਹੁਣ ਤਾਂ ਦੋ ਵੀ ਵਾਹ ਲੱਗਦੀ ਹੈ ਪੱਠੇ ਹੁਣ ਇਨਸ਼ਾਅੱਲਾ ਜੁਮੇ ਤੋਂ ਬਾਅਦ ਕੀ ਕਰੇ ਨਾ ਹੀਟਰਾਂ ਦਾ ਮਿਸਤਰੀ ਥੋੜ ਪੱਟੀ ਜਾਂਦਾ ਤੂੰ ਕਿਹੜੇ ਜਾਉਂ ਹੈ ਹੁਣ ਆਪਣੇ ਇਹਨੂੰ ਮੁੜ ਉਲਟੀਆਂ ਹੋ ਗਈਆਂ ਇਹ ਨਹੀਂ ਦੁਆ ਦੁਆ